वाहेगुरु जी का खालसा। गुरु साहब जी का ਝੰਡਾ ਜੀ ਪੇਸ਼ ਹੋਏ ਸੀ, ਉੱਥੇ ਸਾਰੀ ਪੜਤਾਲ ਕੀਤੀ ਗਈ। ਪੜਤਾਲ ਨੂੰ ਵੀ ਧਿਆਨ ਵਿੱਚ ਰੱਖਿਆ ਹੈ। ਜਿਹੜਾ ਇਹਦਾ ਫੈਸਲਾ ਹੈ ਉਹ 14 ਅਕਤੂਬਰ ਨੂੰ ਕੀਤਾ ਜਾਏਗਾ। ਇਲੈਕਸ਼ਨ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਉਹ ਅਸੀਂ ਸਾਰੀਆਂ ਚੀਜ਼ਾਂ ਅਸੀਂ ਧਿਆਨ ਵਿੱਚ ਰੱਖ ਕੇ ਕੁਝ ਗੱਲਾਂ ਤੋਂ ਉਹਨਾਂ ਨੇ ਇਨਕਾਰ ਕੀਤਾ ਵੀ ਅਸੀਂ ਨਹੀਂ ਕੀਤੀਆਂ। ਸਾਨੂੰ ਜੋ ਰਿਪੋਰਟ ਮਿਲੀ ਵੀ ਇਹਨਾਂ ਨੇ ਕੀਤੀਆਂ, ਉਹਦੀ ਘੋਖ ਪੜਤਾਲ ਹੋਰ ਕਰਾਂਗੇ, ਹੋਰ ਵਿਚਾਰ ਕਰਕੇ ਇਹ ਜੋ ਵੀ ਇਹਦਾ ਸਿੱਟਾ ਨਿਕਲੂਗਾ ਉਹ 14 ਅਕਤੂਬਰ ਨੂੰ ਫਿਰ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਵੇਗਾ।